ਪੂਰੇ ਘਰ ਦੇ ਵਿੱਚ ਰੌਣਕ ਸੀ। ਰਾਤ ਵੇਲੇ ਜਾਗੋ ਹੋਈ, ਡੀਜੇ ਨਾਈਟ ਤੇ ਭੰਗੜੇ ਪਏ, ਖੂਬ ਸਾਰੇ ਪਕਵਾਨ ਤਿਆਰ ਹੋਏ, ਘਰ ਦੇ ਵਿੱਚ ਰੌਣਕ ਲੱਗੀ ਸੀ ਕਿਉਂਕਿ ਮੁੰਡੇ ਦਾ ਵਿਆਹ ਧਰਿਆ ਸੀ। ਘਰ ਵਿੱਚ ਮਠਿਆਈਆਂ ਬਣ ਰਹੀਆਂ ਸੀ, ਪਰ ਵਿਆਹ ਦੇ ਨਾਮ 'ਤੇ ਇਹਨਾਂ ਲੋਕਾਂ ਦੇ ਨਾਲ ਇੱਕ ਵਿਚੋਲਣ ਨੇ ਠੱਗੀ ਮਾਰ ਲਈ ਹੈ। ਜੀ ਹਾਂ, ਸਿਹਰਾ ਬੰਨ ਕੇ ਬੈਠਾ ਇਹ ਲਾੜਾ ਘੋੜੀ ਚੜ੍ਹਨ ਦੇ ਲਈ ਤਿਆਰ ਹੀ ਸੀ ਕਿ ਇਸ ਨੂੰ ਪਤਾ ਚੱਲਦਾ ਹੈ ਕਿ ਜਿਸ ਕੁੜੀ ਨਾਲ ਇਹ ਵਿਆਹ ਕਰਨ ਚੱਲਿਆ ਹੈ ਉਸ ਨਾਮ ਦੀ ਕੋਈ ਕੁੜੀ ਹੈ ਹੀ ਨਹੀਂ, ਕਿਉਂਕਿ ਵਿਚੋਲਣ ਠੱਗੀ ਮਾਰ ਗਈ ਹੈ ਇਹਨਾਂ ਨੂੰ। ਪਹਿਲਾਂ ਤਾਂ ਵਿਚੋਲਣ ਨੇ ਇੱਕ ਦੋ ਵਾਰ ਫੋਨ ਚੱਕ ਲਿਆ, ਬਾਅਦ ਦੇ ਵਿੱਚ ਤਾਂ ਫੋਨ ਵੀ ਚੱਕਣੋਂ ਹਟ ਗਈ ਵਿਚੋਲਣ। ਦਰਅਸਲ ਇਹਨਾਂ ਲੋਕਾਂ ਦੇ ਕੋਲ ਇਹਨਾਂ ਦੇ ਪਿੰਡ ਦੀ ਇੱਕ ਔਰਤ ਆਉਂਦੀ ਹੈ ਇੱਕ ਰਿਸ਼ਤਾ ਲੈ ਕੇ। ਮੁੰਡੇ ਦੇ ਪਿਤਾ ਨੂੰ ਕਿਹਾ ਜਾਂਦਾ ਹੈ ਕਿ ਕੁੜੀ ਦਾ ਪਿਓ ਹੈ ਨਹੀਂ ਤਾਂ ਉਹ ਸਾਦਾ ਵਿਆਹ ਕਰਨਗੇ। ਤਾਂ ਮੁੰਡੇ ਵਾਲੇ ਆਪਣੇ ਲੈਵਲ 'ਤੇ ਆਪਣੇ ਪਿੰਡ ਦੇ ਵਿੱਚ ਖੂਬ ਵਧੀਆ ਪਾਰਟੀ ਕਰਦੇ ਨੇ, ਡੀਜੇ ਨਾਈਟ ਕਰਦੇ ਨੇ, ਜਾਗੋ ਕੱਢਦੇ ਨੇ ਅਤੇ ਸਾਰੀਆਂ ਰਸਮਾਂ ਉਂਝ ਹੀ ਚੱਲਦੀਆਂ ਨੇ ਜਿਵੇਂ ਵਿਆਹ 'ਚ ਹੋਣਾ ਹੁੰਦਾ। ਪਰ ਇਹ ਇਸ ਗੱਲ ਤੋਂ ਅਣਜਾਣ ਸੀ ਕਿ ਵਿਚੋਲਣ ਇਹਨਾਂ ਦੇ ਨਾਲ ਠੱਗੀ ਮਾਰ ਰਹੀ ਹੈ। ਵਿਚੋਲਣ ਨੇ ਰਿਸ਼ਤਾ ਪੱਕਾ ਕਰਨ ਤੋਂ ਪਹਿਲਾਂ ਇਹਨਾਂ ਤੋਂ 50,000 ਰੁਪਏ ਲੈ ਲਏ, ਫਿਰ ਕੱਲ੍ਹ ਜਾਂਦੀ ਜਾਂਦੀ ਜਾਗੋ ਤੋਂ 10,000 ਰੁਪਏ ਹੋਰ ਲੈ ਗਈ, ਯਾਨੀ ਕਿ 60,000 ਰੁਪਏ ਦੇ ਇਹਨਾਂ ਦੇ ਨਾਲ ਠੱਗੀ ਹੋਈ ਹੈ। ਅਤੇ ਪਰਿਵਾਰ ਨੇ ਇਹ ਸਾਰੇ ਫੰਕਸ਼ਨ 'ਤੇ 3 ਤੋਂ 4 ਲੱਖ ਰੁਪਏ ਲਾ ਤੇ। ਪਰ ਜਿਵੇਂ ਹੀ ਲਾੜਾ ਸਿਹਰਾ ਬੰਨ ਕੇ ਘੋੜੀ ਚੜ੍ਹਨ ਲੱਗਿਆ ਤਾਂ ਪਤਾ ਚੱਲਿਆ ਕਿ ਅੱਗੋਂ ਕੁੜੀ ਤਾਂ ਕੋਈ ਹੈ ਹੀ ਨਹੀਂ, ਵਿਚੋਲਣ ਨੇ ਝੂਠ ਬੋਲਿਆ ਸੀ। ਆਓ, ਕਿਹੜੇ ਇਲਜ਼ਾਮ ਇਹ ਵਿਚੋਲਣ ਦੇ ਉੱਤੇ ਲਾ ਰਹੇ ਨੇ, ਵਿਚੋਲਣ ਦਾ ਨਾਂ ਕੀ ਹੈ, ਮੁੰਡੇ ਵਾਲਿਆਂ ਤੋਂ ਹੀ ਜਾਣ ਲੈਂਦੇ ਹਾਂ। ਅੰਗਰੇਜ਼ ਸਿੰਘ ਆ ਜੀ। ਕਿੱਥੇ ਦੇ ਰਹਿਣ ਵਾਲੇ ਹੋ? ਵਿਣਗਾ ਦੇ। ਕੀ ਮਾਮਲਾ ਕੀ ਹੈਗਾ, ਪੂਰਾ ਘਟਨਾ ਕੀ? ਮਾਮਲਾ ਕੀ ਹੈ ਜੀ, ਇਹਨੇ ਪਹਿਲਾਂ ਰਿਸ਼ਤਾ ਕਰਾਇਆ ਸੀਗਾ, ਰਿਸ਼ਤਾ ਕਰਾਇਆ ਨੇ ਅਤੇ ਇਹਨੇ ਆਪਣਾ 50,000 ਰੁਪਈਆ ਲਵਾਤਾ, ਇਹਨੇ ਆਪ ਲੈ ਲਿਆ। ਠੀਕ ਹੈ, 50,000 ਲੈ ਕੇ ਮੈਨੂੰ ਆਉਂਦੀ ਵੀ ਕੋਈ ਚੱਕਰ ਨਹੀਂ ਗਾ ਵੀ ਕੁੜੀ ਦਾ ਮਾਂ ਪਿਓ ਹੈ ਨਹੀਂ ਗਾ ਅਤੇ ਮਾਂ ਹੈਗੀ ਹੈ। ਠੀਕ ਹੈ, ਅਤੇ ਆਉਂਦੀ ਅਖੇ ਵੀ ਮੈਂ ਆਪੇ ਸਕਣ ਪਾਊਂਗੀ, ਸਾਰਾ ਕੁਛ ਮੈਂ ਆਪੇ ਕਰੂੰਗੀ, ਕੋਈ ਟੈਨਸ਼ਨ ਨਹੀਂ ਗੀ। ਆਹ ਵੇਲੋ 50,000 ਰੁਪਈਆ ਲੈ ਗਈ ਆ, ਸਬਜ਼ੀਆਂ ਪਈਆਂ ਸਾਰਾ ਕੁਛ ਪਿਆ ਅਤੇ ਆਹ ਟੈਂਡਰ ਲੱਗਿਆ ਪਿਆ, ਇਹਦਾ ਖਰਚਾ ਵੇਲੋ, ਡੀਏ ਵਾਲਿਆਂ ਦੇ ਖਰਚੇ ਵੇਲੋ। ਕੀ ਇਹਨੇ ਕਿਹਾ ਕੀ ਸੁਣੋ, ਉਸ ਤੋਂ ਬਾਅਦ ਬਰਾਤ ਨੂੰ ਜਦੋਂ ਬਰਾਤ ਲੈ ਕੇ ਜਾਣਾ, ਬਰਾਤ ਲੈ ਕੇ ਜਾਣਾ ਸੀ, ਕਹਿੰਦੀ 10,000 ਰੁਪਈਆ ਹੋਰ ਦੇ ਮੈਨੂੰ। ਫਿਰ ਉਸ ਤੋਂ ਬਾਅਦ ਕੀ ਕੀਤਾ, ਬਰਾਤ ਜੋ 10,000 ਰੁਪਈਆ ਦਿੱਤਾ ਤੁਸੀਂ? 10,000 ਰੁਪਈਆ ਦਿੱਤਾ ਸੀ, ਅਸੀਂ ਇਹਨੂੰ 2:30 ਵਜੇ ਤੱਕ ਡਿੱਕਿਆ, ਨਹੀਂ ਆਈਗੀ। ਮੈਂ ਕਿਹਾ ਬਰਾਤਾਂ ਲੋਕਾਂ ਦੀਆਂ ਤਾਂ ਮੁੜਨ ਵਾਲੀਆਂ ਅਤੇ ਸਾਡੀ ਬਰਾਤ ਕਿਉਂ ਨਹੀਂ ਜਾਂਦੀ ਗੀ ਵੀ, ਅਤੇ ਇਹਨੇ ਫੋਨ ਬੰਦ ਕਰ ਲਿਆ। ਓਕੇ, ਫੋਨ ਬੰਦ ਕਰ ਲਿਆ ਅਤੇ ਉਦੋਂ ਬਾਅਦ ਇਹ ਨੌਂ ਸੀ ਪੁੱਤ ਸੀਗਾ ਉਹ ਇੱਥੋਂ ਭੱਜ ਗਈ, ਇੱਕ ਬੰਦਾ ਗਿਆ ਕਾਨੂੰਨੀ ਰੱਖਿਆ ਨੇ। ਕੀ ਕਿਹਾ ਇਹਨਾਂ ਨੇ, ਕਿਹਾ ਕਿ ਤੁਹਾਨੂੰ ਬਰਾਤ ਜਾਣ ਜਦੋਂ ਲੈ ਕੇ ਜਾਣੀ ਸੀ, ਉਸ ਤੋਂ ਬਾਅਦ ਕੀ ਇਹਨਾਂ ਨੇ ਕਿਹਾ ਤੁਹਾਨੂੰ? ਇਹ ਆਉਂਦੀ ਵੀ ਜਾ ਕੇ ਮੈਂ ਤੁਹਾਨੂੰ ਦੱਸਦੀ ਮੈਂ ਤਿਆਰੀ ਕਰਾਉਣੀ ਆ ਜੀ, ਉੱਥੇ ਜਾ ਕੇ 10,000 ਰੁਪਈਆ ਲੈ ਗਏ। ਓਕੇ, ਉਸ ਤੋਂ ਬਾਅਦ ਕੀ ਤੁਹਾਨੂੰ ਇਹਨਾਂ ਨੇ ਕਿਹਾ, ਵੀ ਮੈਸੇਜ ਕੀ ਦਿੱਤਾ ਤੁਹਾਨੂੰ ਵੀ ਬਰਾਤ ਆਊਗੀ ਲੈ ਕੇ ਆਓ ਜਾਂ ਨਹੀਂ? ਇਹ ਆਉਂਦੀ ਵੀ ਪਹਿਲਾਂ ਤਾਂ ਆਉਂਦੀ ਸੀ ਵੀ ਕੁੜੀ ਭੱਜ ਗਈ, ਫਿਰ ਆਉਂਦੀ ਮਰਗੂਗੀ। ਮੰਗ ਕੀ ਕਰਦੇ? ਮੰਗ ਕੀ ਕਰਦੇ ਸਾਡੇ ਮੁਸਾਫਿਰ, ਵੇਖ ਲਓ ਤੁਸੀਂ ਵੀ ਗਰੀਬੀ ਦਾਵਾ ਹੈ, ਰੁਪਈਆ 3-4 ਲੱਖ ਰੁਪਈਆ ਲਾਈ ਬੈਠਾ ਮੈਂ, ਸਾਨੂੰ ਇਨਸਾਫ ਚਾਹੀਦਾ ਜੀ, ਇਹ ਚੀਜ਼ ਦਾ। ਕੀ ਘਟਨਾ ਕੀ ਹੋਈ ਹੈ, ਪੂਰਾ ਮਾਮਲਾ ਕੀ? ਇਹ ਕਹਿੰਦੇ ਜੀ ਥੋੜ੍ਹਾ ਸਾਣ ਪਾਨੀ ਹੈ ਮੈਂ, ਇਹਨੇ ਆਪ ਹੀ ਪਾਇਆ ਦੀ ਕੁੜੀ ਦੇ ਪਿਓ ਹੈ ਨਹੀਂ ਗਾ ਜੀ,
ਠੀਕ ਹੈ ਜੀ, ਅਸੀਂ ਇਹਨਾਂ ਦੀ ਮੇਰੀ ਜ਼ਿੰਮੇਵਾਰੀ ਹੈ, ਠੀਕ ਹੈ। ਅਸੀਂ ਆਖਿਆ ਚਲੋ ਜੀ ਠੀਕ ਹੈ, ਪਿੰਡ ਦਾ ਮਸਲਾ ਅਸੀਂ ਜ਼ਿੰਮੇਵਾਰੀ, ਇਹਨਾਂ ਦੀ ਮੇਰੀ ਜ਼ਿੰਮੇਵਾਰੀ ਆ ਜੀ। ਚੱਲ ਠੀਕ ਹੈ ਜੀ, ਇਹਨੇ ਸ਼ਗਨ ਪਾਤਾ ਮੈਨੂੰ, ਮੈਨੂੰ ਆਉਂਦੀ 4 ਤਰੀਕ ਦੀ ਤੇਰੀ ਬਰਾਤ ਆ, ਠੀਕ ਹੈ। 20 ਪੋਹ ਦਾ ਆਨੰਦ ਤਾਂ ਵਧ ਹੀ ਮੈਂ ਜੀ, ਠੀਕ ਹੈ ਜੀ। ਇਹਨੇ ਮੁੜ ਕੇ ਜੀ ਫੋਨ ਲਾਈ ਗਏ ਤੜਕੇ, ਕਹਿੰਦੇ ਵੀ ਮੈਂ 10,000 ਰੁਪਇਆ ਲੈ ਕੇ ਜਾਊਂ ਜੀ, ਠੀਕ ਹੈ ਜੀ। 10,000 ਰੁਪਇਆ ਦੇ ਦਾ 8 ਵਜੇ ਨੂੰ, ਕਹਿੰਦੀ ਮੈਂ ਜਾਂਦੀ ਕੁੜੀ ਵਾਲਿਆਂ ਦੀ ਆ ਕੇ ਤਿਆਰੀ ਕਰਾਉਂਦੀ ਹਾਂ। ਜਾ ਕੇ ਇਹਨੇ ਅਸੀਂ ਫੋਨ ਲਾਇਆ, ਕਹਿੰਦੀ ਵੀ 2:30 ਵਜੇ ਤੁਸੀਂ ਤੋਰੋ ਜੇ ਬਰਾਤ, 2:30 ਵਜੇ ਫੋਨ ਲਾਇਆ। ਉਦੋਂ ਬਾਅਦ ਇਹਨੇ ਫੋਨ ਨਹੀਂ ਚੱਕਿਆ ਗਾ, ਘਰ ਆ ਕੇ ਕਹਿੰਦੀ ਕਿ ਕੁੜੀ ਭੱਜ ਗਈ। ਮੁੜ ਕੇ ਅਸੀਂ ਕਿਹਾ ਫਿਰ ਇੱਕ ਵਾਰੀ ਪੁੱਛ ਲਾ, ਕਹਿੰਦੀ ਕੁੜੀ ਦਾ ਭਰਾ ਮਰ ਗਿਆ ਜੀ। ਹੁਣ ਅਸੀਂ ਮਜ਼ਦੂਰੀ ਕਰਨ ਵਾਲਿਆਂ, ਮੇਰਾ ਪਿਓ ਵੀ ਮਜ਼ਦੂਰੀ ਕਰਦਾ, ਮੈਂ ਵੀ ਕਰਦਾ ਜੀ, ਅਸੀਂ ਗਰੀਬ ਬੰਦੇ ਹਾਂ ਜੀ। ਸਾਡਾ 3-4 ਲੱਖ ਰੁਪਇਆ ਖਰਚਾ ਆ, ਸਾਨੂੰ ਇਹ ਗੱਲ ਦਾ ਇਨਸਾਫ ਦਿੱਤਾ ਜਾਵੇ। ਇਹਨੇ ਕਿੰਨੇ ਪੈਸੇ ਲਏ ਸੀ ਤੁਹਾਡੇ ਤੋਂ? ਇਹਨੇ ਸਾਡੇ ਤੋਂ 50,000 ਰੁਪਇਆ ਲਿਆ ਸੀ। ਕੋਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਤੁਸੀਂ? ਹਾਂਜੀ। ਕੁਲਵਿੰਦਰ ਸਿੰਘ ਆ ਜੀ, ਕੀ ਕਹਿਣਾ ਚਾਹੁੰਗੇ ਅੱਜ ਜੋ ਘਟਨਾ? ਮੇਰੇ ਇਹ ਰਿਸ਼ਤੇਦਾਰ ਆ ਵੀਰ ਜੀ, ਇਹ ਮੇਰੇ ਸਾਲਾ ਸਾਹਿਬ, ਉਹ ਮੇਰੇ ਮਾਮਾ ਜੀ ਆ, ਅਤੇ ਇਹਨਾਂ ਨੇ ਵੀਰ ਜੀ ਇੱਥੇ ਆਪਣਾ ਵਿਚੋਲੇ ਨੇ, ਇਹਨਾਂ ਨੂੰ ਧੋਖਾਧੜੀ ਕੀਤੀ ਹੈ ਵਿਚੋਲੇ ਨੇ, ਪੂਰੀ 420 ਕੀਤੀ ਹੈ ਜੀ ਇਹਨਾਂ ਨਾਲ। ਪੈਸਾ ਇਹਨਾਂ ਤੋਂ 50,000 ਰੁਪਇਆ ਪਹਿਲਾਂ ਲੈ ਚੁੱਕੀ ਹੈ। ਫਿਰ ਇਹਨਾਂ ਨੂੰ ਉਹਨਾਂ ਨੇ ਕਿਹਾ ਸੀ ਵੀ 4 ਤਰੀਕ ਨੂੰ ਅਸੀਂ ਤੁਹਾਡੀ ਬਰਾਤ ਲੈ ਕੇ ਜਾਵਾਂਗੇ। ਉਹ 10,000 ਰੁਪਇਆ ਫਿਰ ਲੈ ਕੇ ਉੱਥੋਂ ਕੁੜੀ ਵਾਲਿਆਂ ਦੇ ਘਰ ਗਈ, ਕਹਿੰਦੀ ਮੈਂ ਕੁੜੀ ਵਾਲੇ ਦੀ ਤਿਆਰੀ ਕਰਵਾਉਣੀ ਆ। ਅਸੀਂ ਉਸ ਤੋਂ ਬਾਅਦ ਉਹਨੂੰ ਜੀ 2-4 ਘੰਟੇ ਫੋਨ ਟਰਾਈ ਕੀਤਾ, ਪਰ ਉਹਨੇ ਸਾਡਾ ਫੋਨ ਨਹੀਂ ਚੱਕਿਆ। ਅਤੇ ਫਿਰ ਉਹ ਆ ਕੇ ਜੀ ਘਰ ਆ ਕੇ ਆਪਦੇ ਉਹਨੇ ਇਹ ਗੱਲ ਆਖੀ ਜੀ, ਉਹਨਾਂ ਦੀ ਕੁੜੀ ਭੱਜ ਗਈ ਹੈ, ਸਾਡੇ ਘਰ ਨਹੀਂ ਆਈ ਅਜੇ। ਘਰ ਆਪਦੇ ਆ ਕੇ ਕਹਿੰਦੀ ਉਹਨਾਂ ਦੀ ਕੁੜੀ ਭੱਜ ਗਈ। ਅਸੀਂ ਫਿਰ ਜਾ ਕੇ ਉਹਨੂੰ ਪੁੱਛਿਆ ਵੀ ਤੁਸੀਂ ਇੱਦਾਂ ਨਾ ਕਰੋ, ਤੁਸੀਂ ਸਾਡੀ ਬੇਇੱਜ਼ਤੀ ਕਰਵਾ ਰਹੇ ਪਿੰਡ ਦੇ ਵਿੱਚ, ਵੀ ਸਾਡਾ ਕੋਈ ਹੱਲ ਕਰੋ। ਅਤੇ ਫਿਰ ਕਹਿੰਦੀ ਮੈਂ ਚੱਲ ਕੋਈ ਨਾ ਕਿਸੇ ਪਾਸੇ ਹੋਰ ਟਰਾਈ ਕਰਦੀ ਹਾਂ। ਟਰਾਈ ਕੀ ਕਰਨੀ ਸੀ, ਸਿਰਫ ਉਹਨਾਂ ਨੇ ਸਾਡੇ ਨਾਲ ਧੋਖਾ ਕੀਤਾ, ਧੋਖਾਧੜੀ ਵਿੱਚ ਉਹ ਸਾਡੇ ਤੋਂ 50,000 ਰੁਪਇਆ ਵੀ ਲੈ ਗਈ ਹੈ। ਸਾਡਾ ਜਿਹੜਾ ਖਰਚਾ ਵੀਰ ਜੀ, ਇਹ ਹੁਣ ਵੇਖ ਲਓ ਵੀ 3-4 ਲੱਖ ਰੁਪਏ ਦੇ ਨੇੜ ਅਸੀਂ ਖਰਚਾ ਕਰ ਬੈਠੇ ਹਾਂ ਇਦੋਂ ਪਹਿਲਾਂ। ਅਤੇ ਇਹ ਗਰੀਬ ਬੰਦਾ ਸੀਰੀ ਲੱਗਦਾ ਵਿਚਾਰਾ, ਇਹਦੀ ਮਦਦ ਸਾਨੂੰ ਇਨਸਾਫ ਚਾਹੀਦਾ, ਇਹਦੀ ਮਦਦ ਕੀਤੀ ਜਾਵੇ ਪੂਰੀ ਡੱਟ ਕੇ।